ਫਰੀਦਕੋਟ ਦੀ ਪੁਲਿਸ ਹਿਰਾਸਤ 'ਚ ਮਾਰੇ ਗਏ ਮ੍ਰਿਤਕ ਜਸਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਵੱਖ ਵੱਖ ਐਕਸ਼ਨ ਕਮੇਟੀਆਂ ਦੇ ਜਥੇਬੰਦੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਪੁਲਿਸ ਅਤੇ ਕਾਂਗਰਸ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੇ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਅਤੇ ਸ਼ਹਿਰ 'ਚ ਰੋਸ ਮਾਰਚ ਕੱਢਿਆ ਹੈ। ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੇ ਘਰ ਦਾ ਘਿਰਾਓ ਕਰਨ ਦਾ ਸੱਦਾ ਐਕਸ਼ਨ ਕਮੇਟੀ ਵੱਲੋਂ ਪਹਿਲਾਂ ਹੀ ਦਿੱਤਾ ਗਿਆ ਸੀ, ਜਿਸ ਦੇ ਚੱਲਦਿਆਂ ਪੁਲਿਸ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਅਤੇ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਰਸਤੇ ਵਿੱਚ ਬੈਰੀਕੇਡਿੰਗ ਕੀਤੀ ਗਈ ਸੀ, ਜਿਸ ਦੇ ਚੱਲਦਿਆਂ ਮ੍ਰਿਤਕ ਜਸਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਪੁਲਿਸ ਵੱਲੋਂ ਲਾਈ ਗਈ ਬੈਰੀਕੇਡਿੰਗ ਦੀ ਥਾਂ 'ਤੇ ਹੀ ਧਰਨਾ ਮਾਰ ਦਿੱਤਾ। ਇਸ ਮੌਕੇ ਮ੍ਰਿਤਕ ਜਸਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਜਦੋਂ ਤੱਕ ਉਹਨਾਂ ਦੇ ਪੁੱਤਰ ਦੀ ਲਾਸ਼ ਨਹੀਂ ਮਿਲਦੀ ਹੈ, ਉਹ ਸ਼ਾਂਤ ਨਹੀਂ ਬੈਠਣਗੇ। ਇਸ ਰੋਸ ਪ੍ਰਦਰਸ਼ਨ 'ਚ ਪੁੱਜੇ ਲੱਖਾ ਸਿਧਾਨਾ ਅਤੇ ਐਕਸ਼ਨ ਕਮੇਟੀਆਂ ਦੇ ਵੱਖ ਵੱਖ ਆਗੂਆਂ ਨੇ ਵੀ ਮ੍ਰਿਤਕ ਪਰਿਵਾਰ ਦਾ ਪੂਰਾ ਸਾਥ ਦੇਣ ਦੀ ਗੱਲ ਆਖੀ ਹੈ। ਉਹਨਾਂ ਕਿਹਾ ਹੈ ਕਿ ਬਹੁਤ ਹੀ ਮਾੜੀ ਗੱਲ ਹੈ ਕਿ ਪੁਲਿਸ ਨੇ ਪਹਿਲਾਂ ਇੱਕ ਜਵਾਨ ਪੁੱਤ ਮਾਰ ਦਿੱਤਾ ਹੈ ਅਤੇ ਹੁਣ ਉਸਦੀ ਲਾਸ਼ ਦਾ ਵੀ ਕੋਈ ਵੀ ਥੋ ਪਤਾ ਨਹੀਂ ਲੱਗ ਰਿਹਾ ਹੈ। ਹਾਂਜੀ ਨਾ ਜੀ, ਹਾਂ ਉੱਥੇ ਕੋਈ ਗੱਲਬਾਤ ਨਹੀਂ ਹੋਈ। ਨਾ ਪੁਲਿਸ ਕੋਈ ਨਹੀਂ ਕਰ ਰਹੀ, ਸਾਡੇ ਨੂੰ ਕੋਈ ਨਿਆਂ ਨਹੀਂ ਦੇ ਰਹੀ। ਜਿੰਨਾ ਚਿਰ ਇਹਦੋਂ ਗਾਂ ਨਿਆਣਾ ਮਿਲੇਗਾ, ਵੱਡਾ ਹਾਈਵੇ ਰੋਡ ਜਾਮ ਕਰਾਂਗੇ ਅਤੇ ਦਫ਼ਤਰ ਵਾਲਾ ਧਰਨਾ ਜਾਰੀ ਰਹੇਗਾ। ਹਾਂਜੀ ਮੈਨੂੰ ਤਾਂ ਨਹੀਂ ਤਾਂ ਪੁਲਿਸ ਕਰੇਗੀ ਕੋਈ, ਜੇ ਤਾਂ ਨਾ ਕਰੇਗੀ ਤਾਂ ਨਹਿਰ 'ਚ ਮਰਾਂਗੇ ਵੀ। ਦੇਖੋ ਪਰਿਵਾਰ ਬਹੁਤ ਜ਼ਿਆਦਾ ਦੁਖੀ ਹੈ, ਉਹਦਾ ਦੁੱਖ ਬੜਾ, ਉਹ ਪਰਿਵਾਰ ਹੀ ਸਮਝ ਸਕਦਾ, ਪਿਓ ਸਮਝ ਸਕਦਾ ਜਾਂ ਮਾਂ ਸਮਝ ਸਕਦੀ ਹੈ। ਉਹ ਦੁਖੀ ਹੋਇਆ ਵਿਚਾਰਾ, ਐਨ ਅੱਗ ਨੂੰ ਤਪਦੀ ਹੋਈ ਸੜਕ 'ਤੇ ਲੇਟਿਆ ਹੋਇਆ। ਤਾਂ ਅਸੀਂ ਤਾਂ ਪਹਿਲੇ ਤੋਂ ਨਹੀਂ ਅਸੀਂ ਕਿਹਾ ਵੀ ਪਰਿਵਾਰ ਦੇ ਨਾਲ ਹਾਂ, ਜੇ ਪਰਿਵਾਰ ਨੇ ਜਾਮ ਲਾਇਆ ਪੁਲ 'ਤੇ ਤਾਂ ਅਸੀਂ ਪਰਿਵਾਰ ਦੇ ਨਾਲ ਬੈਠੇ ਹਾਂ। ਸੋ ਜੇ ਪਰਿਵਾਰ ਅੱਗੇ ਕੋਈ ਹਾਈਵੇ ਜਾਮ ਕਰਨ, ਅਸੀਂ ਹਾਈਵੇ ਵੀ ਜਾਮ ਕਰਾਂਗੇ। ਸੋ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਅੱਜ ਜੇ ਕਿ ਢਿੱਲੋਂ ਦੀ ਕੋਠੀ ਵੱਲ ਮਾਰਚ ਗਿਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪੂਰੇ ਪੰਜਾਬ ਦੇ ਵਿੱਚੋਂ ਲੋਕ ਆਏ ਨੇ, ਤਾਂ ਇੱਕ ਦਬਾਅ ਇੱਕ ਪ੍ਰੈਸ਼ਰ ਤਾਂ ਇਹ ਸਰਕਾਰ 'ਤੇ ਜਾਂ ਪੁਲਿਸ 'ਤੇ ਹੈਗਾ ਹੀ ਆ। ਜੇਕਰ ਹਜੇ ਵੀ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਇਸ ਮਸਲੇ ਨੂੰ ਲੈ ਕੇ, ਇਹ ਹੁਣ ਐਸ ਪੀ ਐਚ ਨਾਲ ਮੇਰੀ ਗੱਲ ਹੋਈ ਆ, ਉਹ ਕਹਿੰਦਾ ਵੀ ਤੁਸੀਂ ਇਹ ਚੱਕੋ, ਅਸੀਂ ਕਿਹਾ ਵੀ ਕੋਈ ਰਾਹ ਤਾਂ ਪਾਓ ਗੱਲ, ਤਾਂ ਹੀ ਚੱਕਿਆ ਜਾਊਗਾ ਨਾ। ਸੋ ਇਸ ਕਰਕੇ ਹੀ ਚਾਹੁੰਦੇ ਹਾਂ ਕਿ ਵੀ ਜੇ ਅੱਜ ਤਾਂ ਸਿਰਫ ਅਸੀਂ ਪੁਲਿਸ ਨੂੰ ਇੱਕ ਸੰਕੇਤ ਦੇਣਾ ਚਾਹੁੰਦੇ, ਅੱਧਾ ਘੰਟਾ ਜਾਮ ਕਰਕੇ ਹਾਈਵੇ ਪੁਲਾ ਜਿਹੜਾ ਫਰੀਦਕੋਟ ਸ਼ਹਿਰ 'ਚ ਵੜਦਾ ਮੇਨ ਰਸਤਾ, ਨਹੀਂ ਕੋਈ ਹੱਲ ਹੁੰਦਾ ਜੇਕਰ ਇਹ ਕੋਈ ਪੰਜਾਂ ਸੱਤਾਂ ਦਿਨਾਂ ਦੇ ਵਿੱਚ, ਤਾਂ ਫਿਰ ਮੇਨ ਹਾਈਵੇ ਜਾਮ ਦਾ ਸੱਦਾ ਦੇਵਾਂਗੇ। ਮੇਰਾ ਨਾਮ ਰਜਿੰਦਰ ਸਿੰਘ, ਮੈਂ ਕਿਰਤੀ ਕਿਸਾਨ ਯੂਨੀਅਨ ਦਾ ਸੂਬਾ ਮੀਤ ਪ੍ਰਧਾਨ ਹਾਂ।
ਔਰ ਫਰੀਦਕੋਟ 'ਚ ਬਣੀ ਐਕਸ਼ਨ ਕਮੇਟੀ ਜਿਹਦੇ 'ਚ ਸਾਡੀਆਂ ਸਾਰੀਆਂ ਕਿਸਾਨ ਮਜ਼ਦੂਰ ਵਿਦਿਆਰਥੀ ਨੌਜਵਾਨ ਜਥੇਬੰਦੀਆਂ ਨੇ ਉਹਦਾ ਮੈਂ ਮੈਂਬਰ ਹਾਂ। ਅੱਜ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਪੂਰੇ ਸ਼ਹਿਰ 'ਚ ਮਾਰਚ ਕਰਕੇ ਕਿੱਕੀ ਢਿੱਲੋਂ ਦੇ ਘਰ ਤੱਕ ਅਸੀਂ ਜਿਹੜਾ ਧਰਨਾ ਉਹ ਲਾਇਆ। ਅਸੀਂ ਐਲਾਨ ਕੀਤਾ ਸੀਗਾ ਕਿ ਜਿੰਨਾ ਚਿਰ ਇਸ ਮਾਮਲੇ 'ਚ ਇਨਸਾਫ਼ ਨਹੀਂ ਮਿਲ ਜਾਂਦਾ ਅਸੀਂ ਸੰਘਰਸ਼ ਜਾਰੀ ਰੱਖਾਂਗੇ। ਅੱਜ ਅਸੀਂ ਕਿੱਕੀ ਢਿੱਲੋਂ ਦੇ ਖਿਲਾਫ਼ ਮੁਜ਼ਾਹਰਾ ਕੀਤਾ ਔਰ ਕਿੱਕੀ ਢਿੱਲੋਂ ਦੇ ਘਰ ਤੱਕ ਆਏ ਹਾਂ। ਅਸੀਂ ਮੰਗ ਕਰਦੇ ਹਾਂ ਕਿ 18 ਮਈ ਨੂੰ ਜਿਸ ਦਿਨ ਜਸਪਾਲ ਸਿੰਘ ਨੂੰ ਅਗਵਾ ਕੀਤਾ ਗਿਆ, 18 ਮਈ ਅਤੇ 19 ਮਈ ਦੀਆਂ ਸਾਰੀਆਂ ਕਾਲ ਡਿਟੇਲ ਜਿਹੜੀਆਂ ਨੇ ਕਿੱਕੀ ਢਿੱਲੋਂ ਦੀਆਂ ਵਿੱਚੇ ਉਹਦੀਆਂ ਵਟਸਐਪ ਕਾਲ ਅਤੇ CIA ਸਟਾਫ ਦੀਆਂ ਸਾਰੀਆਂ ਕਾਲ ਡਿਟੇਲ ਜਿਹੜੀ ਆ ਉਹ ਕਢਾਈ ਜਾਵੇ, ਕਿਉਂਕਿ ਸਾਰੇ ਮਾਮਲੇ ਦੇ ਵਿੱਚ ਕਿੱਕੀ ਢਿੱਲੋਂ ਦਾ ਜਿਹੜਾ ਹੈਗਾ ਉਹ ਹੱਥ ਆ। ਅਸੀਂ ਮੰਗ ਕਰਦੇ ਹਾਂ ਇਸ ਗੱਲ ਦੀ ਜਿਹੜੀ ਹੈਗੀ ਆ ਉਹ ਜਾਂਚ ਹੋਣੀ ਚਾਹੀਦੀ ਆ। ਫਰੀਦਕੋਟ ਦੀ ਪੁਲਿਸ ਜਿਹੜੀ ਨੇ ਕਿ ਸਿੱਟ ਬਣਾਈ ਆ ਉਹ ਲਗਾਤਾਰ ਇਸ ਮਾਮਲੇ ਨੂੰ ਖੁਦਕੁਸ਼ੀ ਦਾ ਮਾਮਲਾ ਸਾਬਤ ਕਰਨ ਲੱਗੀ ਹੋਈ ਆ, ਜਦਕਿ ਇਹ ਖੁਦਕੁਸ਼ੀ ਨਹੀਂ ਜਸਪਾਲ ਸਿੰਘ ਦਾ ਪੁਲਿਸ ਦੁਆਰਾ ਕੀਤਾ ਹੋਇਆ ਕਤਲਾ, ਕਿਉਂਕਿ ਪੁਲਿਸ ਇਸ ਕਰਕੇ ਖੁਦਕੁਸ਼ੀ ਸਾਬਤ ਕਰਨਾ ਚਾਹੁੰਦੀ ਆ ਕਿ ਜੇਕਰ ਇਹ ਖੁਦਕੁਸ਼ੀ ਸਾਬਤ ਹੁੰਦੀ ਆ ਤਾਂ ਮਾਮਲਾ CIA ਸਟਾਫ ਦੇ ਵਿੱਚ ਹੀ ਖਤਮ ਹੋ ਜਾਣਾ। ਪਰ ਇਹ ਕਤਲ ਆ, ਜੇਕਰ ਇਹ ਕਤਲ ਸਾਬਤ ਹੁੰਦਾ ਤਾਂ ਇਹਦੀਆਂ ਤਾਰਾਂ ਜਿਹੜੀਆਂ ਨੇ ਦੂਰ ਤੱਕ ਜੁੜਨੀਆਂ ਨੇ ਇੱਥੋਂ ਦੇ ਸਿਆਸੀ ਲੀਡਰਾਂ ਦੀਆਂ ਅਤੇ ਹੋਰ ਵੱਡੇ ਜਿਹੜੇ ਪੁਲਿਸ ਅਧਿਕਾਰੀ ਆ। ਇਸ ਕਰਕੇ ਅਸੀਂ ਇਸ ਦੀ ਜਾਂਚ ਦੀ ਮੰਗ ਕਰਦੇ ਹਾਂ ਕਿ ਸਾਡਾ SSP ਦਫ਼ਤਰ ਅੱਗੇ ਪੱਕਾ ਧਰਨਾ ਜਿਹੜਾ ਦਿਨ ਰਾਤ ਦਾ ਚੱਲ ਰਿਹਾ ਹੈਗਾ। ਅੱਜ ਅਸੀਂ ਇੱਥੇ ਵੱਡਾ ਮੁਜ਼ਾਹਰਾ ਕੀਤਾ, ਅਗਲਾ ਐਕਸ਼ਨ ਅਸੀਂ ਐਕਸ਼ਨ ਕਮੇਟੀ ਦੀ ਮੀਟਿੰਗ ਕਰਕੇ ਔਰ ਪਰਿਵਾਰ ਨਾਲ ਗੱਲਬਾਤ ਕੇ ਅਗਲਾ ਐਕਸ਼ਨ ਜਿਹੜਾ ਜਲਦੀ ਆ ਉਹ ਦੇਵਾਂਗੇ। ਇੱਕ ਗੱਲ ਸਾਫ਼ ਆ ਕਿ ਜਿੰਨਾ ਚਿਰ ਪਰਿਵਾਰ ਡਟਿਆ ਰਹੂਗਾ ਅਸੀਂ ਸੰਘਰਸ਼ ਲਗਾਤਾਰ ਤੇਜ਼ ਕਰਾਂਗੇ ਔਰ ਪ੍ਰਸ਼ਾਸਨ ਦੇ ਸਰਕਾਰ ਦੇ ਨੱਕ ਵਿੱਚ ਦਮ ਕਰਕੇ ਰਹਾਂਗੇ। ਫਰੀਦਕੋਟ ਤੋਂ ਸੰਦੀਪ ਸੇਠੀ ਦੀ ਰਿਪੋਰਟ, ਪੰਜਾਬ ਟੂਡੇ।